ਪੰਥ ਰਤਨ ਗਿਆਨੀ ਜਤ ਸਿੰਘ ਦੀ 117ਵੀਂ ਬਰਸੀ 'ਤੇ ਇਕੱਤਰ ਹੋਏ ਸਮੂਹ ਪਿਆਰੇ ਸੱਜਣੋ, ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਰਚਨਾ ਭਾਈ ਦਿਲ ਸਿੰਘ ਜੀ ਦੇ ਉੱਤੇ ਹੀ ਆਧਾਰਿਤ ਆ ਵੀ ਸਾਨੂੰ ਉਹਦੇ ਨਾਲ ਦਾ ਸੁਧਾਰਕ ਨਹੀਂ ਮਿਲਿਆ ਅਜੇ ਤੱਕ। ਆਸ ਕਰਦਾ ਪ੍ਰਵਾਨ ਕਰੇਗੀ। ਡਾਢੀ ਗਫਲਤ ਵਿੱਚ ਜਿਹੜੀ ਸੌਂ ਗਈ, ਡਾਢੀ ਗਫਲਤ ਵਿੱਚ ਜਿਹੜੀ ਸੌਂ ਗਈ, ਜਗਾਵੇ ਕੋਈ ਝੰਜੋੜ ਕੌਮ ਨੂੰ। ਅੱਜ ਫਿਰ ਭਾਈ ਦਿੱਤ ਸਿੰਘ ਵਰਗੇ ਸੁਧਾਰਕ ਦੀ ਲੋੜ ਕੌਮ ਨੂੰ, ਅੱਜ ਫਿਰ ਭਾਈ ਦਿੱਤ ਸਿੰਘ ਵਰਗੇ ਸੁਧਾਰਕ ਦੀ ਲੋੜ ਕੌਮ ਨੂੰ। ਸੋਚ ਸਿੱਖਾਂ ਦੀ ਨਿਹਾਤ ਹੋਈ, ਕੱਢਿਆ ਸਾਧਨ ਰੱਬ ਦੱਸ ਦੇ, ਜਿੱਥੇ ਕਿਧਰੇ ਵੀ ਨਵਾਂ ਬਾਬਾ ਜੰਮਦਾ, ਝੱਟ ਉਹਦੇ ਪਿੱਛੇ ਨੱਚਦੇ। ਹੁਣ ਲੱਗਿਆ ਅਖੌਤੀ ਨਾਮ ਦਾਨ ਦਾ, ਭੈੜਾ ਕੱਚਾ ਘੋੜ ਕੌਮ ਨੂੰ। ਅੱਜ ਫਿਰ ਭਾਈ ਦਿੱਤ ਸਿੰਘ ਵਰਗੇ ਸੁਧਾਰਕ ਦੀ ਲੋੜ ਕੌਮ ਨੂੰ। ਸਿੱਖ ਮੰਦਰਾਂ ਚ ਟੱਲ ਖੜਕਾਮ ਦੇ ਤੇ ਪੂਜਦੇ ਨੇ ਗੁੱਗਿਆਂ ਨੂੰ, ਸਖੀ ਸਰਵਰਾਂ ਪਿੱਛੇ ਲੱਗੇ ਫਿਰਦੇ, ਕਰਾਉਂਦੇ ਝੌੜ ਚੁੱਕਿਆਂ ਨੂੰ। ਸਿੱਖ ਮੰਦਰਾਂ ਚ ਟੱਲ ਖੜਕਾਮ ਦੇ ਪੂਜਦੇ ਨੇ ਗੁੱਗਿਆਂ ਨੂੰ, ਸਖੀ ਸਰਵਰਾਂ ਪਿੱਛੇ ਲੱਗੇ ਫਿਰਦੇ, ਕਰਾਉਂਦੇ ਝੌੜ ਚੁੱਕਿਆਂ ਨੂੰ। ਅਗਿਆਨਤਾ ਦੇ ਪੁੱਠੇ ਵਾਡੇ ਪੈ ਗਈ, ਲਿਆਵੇ ਘਰੇ ਮੋੜ ਕੌਮ ਨੂੰ। ਅੱਜ ਫਿਰ ਭਾਈ ਦਿੱਤ ਸਿੰਘ ਵਰਗੇ ਸੁਧਾਰਕ ਦੀ ਲੋੜ ਕੌਮ ਨੂੰ। ਸਿੱਖ ਪੰਥ ਦੀ ਫਸਲ ਵਿੱਚ ਉੱਗੀਆਂ ਹੱਥੋਂ ਵੱਧ ਕਾਂਗਿਆਰੀਆਂ, ਖੁਰਾ ਖੋਜ ਜੋ ਮਿਟਾਉਣੇ ਚਾਹੁੰਦੇ, ਸਿੱਖਾਂ ਦੀ ਨਿਭਾਉਂਦੇ ਉਹਨਾਂ ਨਾਲ ਯਾਰੀਆਂ। ਇਹਨਾਂ ਜੂੜੇ ਵਾਲੇ ਪਾਂਡਿਆਂ ਨੇ, ਇਹਨਾਂ ਜੂੜੇ ਵਾਲੇ ਪਾਂਡਿਆਂ ਨੇ ਨਿੰਬੂ ਵਾਂਗੂ ਦਿੱਤਾ ਏ ਨਿਚੋੜ ਕੌਮ ਨੂੰ। ਅੱਜ ਫਿਰ ਭਾਈ ਦਿੱਤ ਸਿੰਘ ਵਰਗੇ ਸੁਧਾਰਕ ਦੀ ਲੋੜ ਕੌਮ ਨੂੰ। ਸੋਚ ਕਰੇ ਜੋ ਤਰਕਵਾਦੀ, ਸਿੱਖਾਂ ਦੀ ਟੀਕਾ ਲਾ ਕੇ ਗੁਰ ਮਤ ਦਾ, ਜਿਹੜਾ ਸਿੱਖੀ ਵਿੱਚ ਸੰਘ ਨੇ ਘਸੋੜਿਆ, ਨਿਬੇੜਾ ਕਰੇ ਗੰਦੇ ਤੱਤ ਦਾ। ਸੋਚ ਕਰੇ ਜੋ ਤਰਕਵਾਦੀ, ਸਿੱਖਾਂ ਦੀ ਟੀਕਾ ਲਾ ਕੇ ਗੁਰ ਮਤ ਦਾ, ਜਿਹੜਾ ਸਿੱਖੀ ਵਿੱਚ ਸੰਘ ਨੇ ਘਸੋੜਿਆ, ਨਖੇੜਾ ਕਰੇ ਗੰਦੇ ਤੱਤ ਦਾ।
ਹੋਈਆ ਮੁੱਦਤਾਂ ਨਾ ਉਹਦੇ ਜਿਹਾ ਮਿਲਿਆ ਲਖਾਰੀ ਕੋਈ ਪਰੋੜ ਕੌਮ ਨੂੰ। ਅੱਜ ਫੇਰ ਭਾਈ ਦਿੱਤ ਸਿੰਘ ਵਰਗੇ ਸੁਧਾਰਕ ਦੀ ਲੋੜ ਕੌਮ ਨੂੰ। ਆਖਰ ਚ ਜੀ ਬੈਠੇ ਗੋਲਕਾਂ ਦੇ ਉੱਪਰ ਮਸੰਦ ਨੇ ਨਾਗਰਾਂ ਨੂੰ ਮਾਰ ਕੁੰਡਲੀ। ਸੱਚ ਬੋਲਦਾ ਜੋ ਉਹਨੂੰ ਝੱਟ ਛੇਕਦੀ ਭੂਤਰੀ ਪੁਜਾਰੀ ਜੁੰਡਲੀ। ਬੈਠੇ ਗੋਲਕਾਂ ਦੇ ਉੱਪਰ ਮਸੰਦ ਨੇ ਨਾਗ ਵਾਂਗੂ ਮਾਰ ਕੁੰਡਲੀ। ਸੱਚ ਬੋਲਦਾ ਜੇ ਉਹਨੂੰ ਝੱਟ ਛੇਕਦੀ ਭੂਤਰੀ ਪੁਜਾਰੀ ਜੁੰਡਲੀ। ਸ਼ਾਨ ਬਗਲੀ ਜੋ ਖੇਰੂ ਖੇਰੂ ਹੋ ਗਈ ਦੇਵੇ ਆ ਕੇ ਜੋੜ ਕੌਮ ਨੂੰ। ਅੱਜ ਫੇਰ ਭਾਈ ਦਿੱਤ ਸਿੰਘ ਵਰਗੇ ਸੁਧਾਰਕ ਦੀ ਲੋੜ ਕੌਮ ਨੂੰ। ਡਾਢੀ ਗਫਲਤ ਵਿੱਚ ਜਿਹੜੀ ਸੌਂ ਗਈ ਜਗਾਵੇ ਜੋ ਚਰੋੜ ਕੌਮ ਨੂੰ। ਅੱਜ ਫੇਰ ਭਾਈ ਦਿੱਤ ਸਿੰਘ ਵਰਗੇ ਸੁਧਾਰਕ ਦੀ ਲੋੜ ਕੌਮ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।